पहुंच चुके हैं अपनी अज दी डेस्टिनेशन ते। हेलो संता, लुकिंग वेरी प्रिटी, लुकिंग सेम सेम। बाकी दे गड्डी समान रखन गए ते गड्डी जी ते जाना आपा गड्डी जी ते जाना है बैठी हो रे ओना पता अब गड्डिया जी जाना। चलो इंद्रवीर का आउटफिट बल्ले कैंट कैंट हमेशा ही कैंट होता इंद्रवीर का आउटफिट का। गाइस तुसीं घूमो फिरो हम चले काम पे। सो गाइस मैंने एक वरे प्री वेडिंग शूट करना सो मैं चले प्री वेडिंग शूट करना ते ए चले घूमन। ये पोज यार जे आए हो जांदा ता शायद ब्यूटीफुल होऊंगा 100% देके आवा। बिल्कुल ठीक है जी। ओके वेल डन, गुड लक। थैंक यू। मेरी गाल सुनाओ, छेती आ जाओ साडे कोल। ठीक है, ओके बाय। ब्रिज तो चलने आना सी। आ जाओ पार करिए मेरा बंदे तुरते नहीं होंगे दिने ਕੈਂਡ ਫੋਟੋਗ੍ਰਾਫਰ ਸਪੈਸ਼ਲ ਜੇ ਉਹਦੇ ਨਾਲ ਕਰ ਰਹੇ ਆ ਫੋਟੋ। ਹਾਂ ਤੇ ਕਲਾਕਾਰੀ ਦੇਖ ਕੇ ਭੀੜ ਲੱਗ ਗਈ, ਲਾਈਨ ਚ ਲੱਗੇ ਹੋਏ। ਪਹਿਲਾਂ ਮੈਂ ਕਰਾਈ, ਹੁਣ ਜਸ਼ਨ। ਜਸ਼ਨ ਹਟ ਨਹੀਂ ਰਿਹਾ, ਫਿਰ ਜਸਕੀਰ ਤੇ ਫਿਰ ਡੈਡੀ ਕਰਾਉਣਗੇ। ਆ ਫੜਿਓ, ਲਓ ਜੀ ਫੜ ਲੈਂਦੇ ਆ ਜੀ। ਓਕੇ ਤੇ ਬੜਾ ਸੋਹਣਾ ਲੱਗ ਰਿਹਾ ਏ। ਲਓ ਜੀ ਹੁਣ ਆਪਾਂ ਕਰਾਂਗੇ ਬ੍ਰੈਕਫਾਸਟ। ਇਹ ਦੇਖੋ ਟਵਿਨਿੰਗ ਕਰਕੇ ਆਏ ਨੇ, ਸੇਮ ਟੂ ਸੇਮ ਕਲਰ, ਸੇਮ ਸੇਮ ਕਿਊਟ ਲੱਗ ਰਿਹਾ ਹੈ। ਐਗਜ਼ੈਕਟ ਸੇਮ ਸ਼ਰਟਸ ਪਾ ਕੇ ਟਵਿਨਿੰਗ ਕਰ ਰਹੇ ਨੇ। ਸੋ ਹੁਣ ਅਸੀਂ ਕਰਾਂਗੇ ਬ੍ਰੈਕਫਾਸਟ ਟੂਡੇ ਬਿਲਕੁਲ ਬ੍ਰਿਜ ਦੇ ਸਾਹਮਣੇ ਬੈਠ ਕੇ, ਵਿਊ ਇੰਜੋਏ ਕਰਕੇ। ਇੱਕ ਤਾਂ ਆਪਾਂ ਲਵਾਂਗੇ ਐਵੋਕੈਡੋ ਵਾਲਾ ਟੋਸਟ, ਵਾਫਲ ਲਵਾਂਗੇ। ਕਰੂਜ਼ ਤੇ ਜਾਣਾ ਕਹਿੰਦੇ ਲੈ ਕੇ ਜਾਵਾਂਗੇ। So cute. फुल रौनक ही ने भाई अंकल जी। जगह चले जाओ किन्नी भी, मतलब वर्ल्ड दी टॉप 1 या टॉप 10 जो कह लो, लेकिन अगर थोड़ी कंपनी ठीक नहीं है तो तुम्हें मजा नहीं होगा। हाँ नाल वाले बंदे मजा आता है खुद बंदा। अंकल अज सवेर दे हेल्दी खा रहे ने। अंकल जी उन्होंने पूछन गए नहीं भी तुसी देख के देखे लगते हो जशन नु जान पहचान दे ने अपने पिंडा में है जान पहचान दे जी जी इते जाना ना तन्ने नवे ट्रिप है क्वींसलैंड जांदे है। पहुंच गया सी मैनली बीच। किवें लग्या थोनू फास्ट पैरी ते? वधिया लग्या एक्सपीरियंस, बहुत ही बहुत। डेड नो पुरानी बिल्डिंग्स तो वही लग गया। अंकल जी दी फोटोग्राफी चल रही है। ਉਹ ਜਿਹੜੀ ਸਾਹਮਣੇ ਨਾ ਆਈਸਕ੍ਰੀਮ ਵਾਲੀ, ਉੱਥੇ ਹਮੇਸ਼ਾ ਲਾਈਨ ਰਹਿੰਦੀ ਆ। ਹਾਂ ਅਨੀਤਾ ਜਲਾਟੋ। ਹਾਂ ਜੀ ਹੁਣ ਸਾਰੇ ਗਏ ਨੇ ਬੀਚ ਤੇ ਵਾਕ ਕਰਨ। ਕਿੰਨੇ ਕੁ ਵਜੇ ਨਿਕਲੋਗੇ? ਸੋ ਵੀਰ ਤੇ ਸੰਤਾ ਉਹਨਾਂ ਨੇ ਪਹਿਲਾਂ ਹੀ ਚਲੇ ਜਾਣਾ, ਮੰਨੇ ਨਹੀਂ। ਕਿੰਨਾ ਵਧੀਆ ਆਇਆ ਹੈਨਾ। 10 ਰੁਪਏ ਦੀ ਇੱਕ, 10 ਰੁਪਏ ਦੀ 50 ਦੀ 3, 50 ਦੀ 3।
ਅੰਕਲ ਜੀ ਕਹਿ ਰਹੇ ਨੇ ਵੀ ਆਪਣੇ ਉੱਥੇ ਐਵੇਂ ਮੇਲਾ ਹੋਵੇ ਤਾਂ ਐਵੇਂ ਐਵੇਂ ਤੰਗ ਕਰਦੇ ਹੋ ਰੇ, ਸ਼ਾਂਤੀ ਨਾਲ ਬੈਠੇ ਹੋ। ਸਮਤਾ ਆਈ ਵਿਲ ਮਿਸ ਯੂ। ਕੋਈ ਨਾ ਕੱਲ ਨੂੰ ਆ ਜਾਣਾ, ਪਰਸੋਂ ਸਵੇਰੇ ਮਿਲਾਂਗੇ ਤਾਂ ਆਪਾਂ ਪਰਸੋਂ, ਕਿਉਂਕਿ ਅਸੀਂ ਜੇ ਕੱਲ ਸ਼ਾਮ ਨੂੰ ਤੁਰੇ ਲੇਟ ਪਹੁੰਚਾਂਗੇ ਫਿਰ ਤੂੰ ਕੰਮ ਤੇ ਹੋਏਗੀ ਪਰਸੋਂ। ਜਸ਼ਨ ਜਸਕੀਰਤ ਵੀਰਾ ਤੇ ਸਮਤਾ ਨੇ ਅੱਜ ਵਾਪਸ ਚਲੇ ਆਉਣਾ ਸੀਗਾ ਤੇ ਅਸੀਂ ਉਰੇ ਰਹਿਣਾ ਸੀਗਾ, ਬਟ ਹੁਣ ਅਸੀਂ ਉਹਨਾਂ ਦਾ ਵੀ ਕਮਰਾ ਬੁੱਕ ਕਰਤਾ ਆ ਤੇ ਸਮਤਾ ਨੂੰ ਨਹੀਂ ਦੱਸਿਆ ਹੈਗਾ। ਉਹਦਾ ਰਹਿਣ ਦਾ ਬਹੁਤ ਮਨ ਸੀਗਾ ਪਰ ਮਤਲਬ ਜਸਕੀਰਤ ਵੀਰਾ ਜਾਣ ਕੇ ਨੂੰ ਕਹੀ ਜਾਂਦੇ ਕਿ ਨਹੀਂ ਆਪਾਂ ਨਹੀਂ ਰਹਿ ਸਕਦੇ, ਪਰ ਉਹਨੂੰ ਸਰਪ੍ਰਾਈਜ਼ ਮਿਲੂਗਾ ਹੁਣ ਛੇਤੀ ਉਹ ਤੇ ਉਹਦਾ ਰਿਐਕਸ਼ਨ ਦੇਖਾਂਗੇ ਆਪਾਂ। ਸਰਪ੍ਰਾਈਜ਼ ਵੀਰੇ ਨੇ ਕਿਹਾ ਸੀ, ਸਰਪ੍ਰਾਈਜ਼ ਇੰਦਰ ਤੁਸੀਂ ਜ਼ਿਆਦਾ ਛੇਤੀ ਫੁੱਟ ਗਏ। ਜਦੋਂ ਇਹ ਫੈਸਲਾ ਕਰ ਲਿਆ ਵੀ ਨਹੀਂ ਜਾਣਾ ਹੀ ਜਾਣਾ, ਮੈਨੂੰ ਐਵੇਂ ਯਾਰ ਅੱਧਾ ਤਾਂ ਅੱਧਾ ਹੀ ਹੁੰਦਾ। ਅੱਛਾ ਹਾਂ ਚਲੋ ਕੋਈ ਨਾ, ਹੁਣ ਆਪਾਂ ਐਸ਼ ਕਰਾਂਗੇ। ਵੀਡੀਓ ਲਈ ਟੇਕ ਦੇਣ ਲੱਗੇ ਨੇ ਬਈ ਸਾਡੇ ਐਕਟਰ। ਯਾਰ ਚਾਅ ਜਿਹਾ ਚੜਿਆ ਪਿਆ, ਜਿਵੇਂ ਵਿਆਹ ਦਾ ਚਾਅ ਜਿਹਾ ਨੀ ਹੁੰਦਾ, ਵਿਆਹ ਜਿਹਾ ਚ ਮਤਲਬ ਚਾਅ ਜਿਹਾ ਚੜਿਆ ਹੁੰਦਾ। ਕੀ ਕਰਨਾ ਚਾਹੀਦਾ ਵੀ ਅੰਕਲ ਜੀ ਫੁੱਲ ਲਾਈਵਲੀ ਨੇ, ਪੂਰੀ ਲਾਈਫ ਇੰਜੋਏ ਕਰਦੇ ਨੇ। ਸਾਰਾ ਸਾਹਿਬ ਨੈਕਸਟ ਲੈਵਲ ਦੀ ਫੋਟੋਗ੍ਰਾਫੀ ਕਰ ਰਹੇ ਨੇ ਆਪਣੇ ਜਵਾਈ ਦੀ। ਹੁਣ ਅਸੀਂ ਲੂਨਾ ਪਾਰਕ ਆਏ ਸੀਗੇ ਅੰਕਲ ਨੂੰ ਦਿਖਾਉਣ ਲਈ ਤੇ ਇੱਥੇ ਬਹੁਤ ਜ਼ਿਆਦਾ ਸੋਹਣਾ ਵਿਊ ਆਉਂਦਾ ਪਿੱਛੇ ਹਾਰਬਰ ਬ੍ਰਿਜ ਦਾ ਸਾਰਾ। ਹੁਣ ਅਸੀਂ ਪਹੁੰਚ ਚੁੱਕੇ ਹਾਂ ਆਪਣੀ ਅੱਜ ਦੀ ਡੈਸਟੀਨੇਸ਼ਨ ਤੇ, ਅੱਜ ਅਸੀਂ ਰਾਂਗੇ ਕਰਾਊਨ ਚ। ਉੱਤੋਂ ਹੀ ਚੱਲਦੇ ਅੰਦਰ ਉੱਤੋਂ ਦੀ ਲਫਾਫੇ ਵੀ ਚੱਕਾਂਗੇ ਆਪਾਂ ਚੱਪਲਾਂ ਵਾਲੇ। ਕੋਲਜ ਵਾਲਾ ਲਫਾਫਾ ਅੱਜ ਵੀ ਸਾਡੇ ਨਾਲ ਹੀ ਆ। ਦੇਖੋ ਜੀ ਇਹ ਸਾਡਾ ਸਮਾਨ ਫਿੱਟ ਹੋ ਗਿਆ, ਕੋਲਸ ਬੂਲੀਸ ਕਾਟਨ ਆਨ ਸਾਰੇ ਲਫਾਫੇ ਸੀ ਟੰਗਤੇ ਨੇ। ਅਸੀਂ ਚੈਕਿੰਗ ਕਰ ਲਾਂਗੇ ਬਟ ਬਹੁਤ ਜ਼ਿਆਦਾ ਸੋਹਣਾ। ਅਸੀਂ ਲਾਸਟ ਟਾਈਮ ਉਰੇ ਕੈਫੇ ਤੇ ਕਾਫੀ ਪੀ ਕੇ ਗਏ ਸੀ। ਹਾਂ ਮਮਾ ਪਾਪਾ ਆਏ ਸੀ ਜਦੋਂ, ਵਾਈਗਰੂ ਨੇ ਇਸ ਵਾਰੀ ਰਹਿਣ ਦਾ ਮੌਕਾ ਵੀ ਦਿੱਤਾ। ਬਹੁਤ ਐਕਸਾਈਟਡ ਆਂ ਸੀ ਕਰਾਊਨ ਚ ਰਹਿਣ ਲਈ। ਸੰਤਾਂ ਨੇ ਵੀ ਆ ਗਏ ਪਾਰ। ਬਾਲਾ ਕੈਂਟ ਪੂਲ ਪੂਲ ਚਲੋ ਜੀ। ਰੂਮ ਟੂਰ ਅਸੀਂ ਲਏ ਆ ਡਬਲ ਬੈਡ ਵਾਲੇ। ਲਓ ਜੀ ਆਹ ਹੈ ਵਾਸ਼ਰੂਮ, ਜਿਸ਼ਨ ਨੇ ਥੋੜਾ ਫਾਲੀ ਕਰਤੀ। ਇੱਧਰ ਸ਼ਾਵਰ ਹੋਣਾ ਹਨਾ, ਆਹ ਸ਼ਾਵਰ ਹੈ ਬਈ, ਗੱਲ ਵਸ ਰਿਹਾ ਏ। ਨਹੀਂ ਮੇਰਾ ਕਾਹਦਾ ਹੈ।
सारे बेड एक जगह ते जिवें चार जने एक जगह ते आज क्या होगा कालिया उसके कराटों का हाय ओए ਪ੍ਰੀ ਪਲਾਨ ਵੀ ਨਹੀਂ ਸੀ ਕਿ ਮੈਂ ਆਸਟ੍ਰੇਲੀਆ ਜਾਊਂਗਾ ਮੈਲਬੌਰਨ ਜਾਊਂਗਾ ਫਿਰ ਦੂਸਰੇ ਦਿਨ ਸਿਡਨੀ ਜਾਊਂਗਾ ਆ ਤਾਂ ਕਮਾਲ ਹੋ ਗਿਆ ਵੀ ਦੂਜੇ ਦਿਨ ਹੀ ਅੰਕਲ ਜੀ ਅੰਕਲ ਜੀ ਦੂਜੇ ਦਿਨ ਵੀ ਨਹੀਂ ਉਸੇ ਰਾਤ ਤੇ ਤੁਰ ਪਏ ਉਸੇ ਰਾਤ ਇਹ ਸੰਤਾ ਤੇਰਾ ਬਹੁਤ ਬਹੁਤ ਧੰਨਵਾਦ ਸੱਚੀ ਮੇਰਾ ਜਿਹੜੀ ਗੱਲ ਆ ਹਾਏ ਤੁਸੀਂ ਇੱਥੇ ਪਹੁੰਚਾਇਆ ਹੈ ਤੂੰ ਹੀ ਮੈਨੂੰ ਇਹ ਸਿਡਨੀ ਤੇ ਮੈਲਬੌਰਨ ਦੇ ਗਾਉਣਾ ਤੁਸੀਂ ਜਿਹੜੀ ਮੈਨੂੰ ਇੱਥੇ ਪਹੁੰਚਾਇਆ ਹੈ ਹਾਏ ਪੁੱਤ ਨਾ ਉਹ ਤਾਂ ਤੁਸੀਂ ਨਾ ਪਹੁੰਚਾਉਂਦੇ ਉਹ ਤਾਂ ਸਾਰੇ ਮਾਪੇ ਕੀ ਕਰਦੇ ਸਾਰੇ ਆਪਦੇ ਬੱਚਿਆਂ ਨੂੰ ਪਾਲਦੇ ਆ ਪੋਸਦੇ ਆ ਨਾ ਅੰਕਲ ਜੀ ਇਹ ਜਿਹੜੀ ਖੁਸ਼ੀ ਹੈ ਨਾ ਪੇਰੈਂਟਸ ਦੇ ਮੂੰਹ ਤੇ ਦੇਖਦੇ ਆ ਜਦੋਂ ਇਹ ਇਹ ਚੀਜ਼ ਆ ਜਿਹਦੇ ਮਤਲਬ ਸਭ ਕੁਛ ਕੁਛ ਨਹੀਂ ਲੱਗਦਾ ਹੋਰ ਕੁਛ ਦੁਨੀਆ ਦਾ ਇਹ ਜਿਹੜੀ ਖੁਸ਼ੀ ਪੇਰੈਂਟਸ ਮੂੰਹ ਤੇ ਦੇਖ ਲੈਂਦੇ ਨਾ ਬਸ ਇਹੀ ਜ਼ਿੰਦਗੀ ਆ ਪ੍ਰਾਊਡ ਮੂਮੈਂਟ ਜਿਹੜਾ ਹੁੰਦਾ ਸਾਰੇ ਪੇਰੈਂਟਸ ਕਰਦੇ ਬੱਚਿਆਂ ਦੀ ਜਾਨਵਰ ਵੀ ਕਰਦੇ ਆ ਪਸ਼ੂ ਪੰਛੀ ਵੀ ਕਰਦੇ ਆ ਹਨਾ ਨਹੀਂ ਹਾਂ ਪਰ ਮਾਂ ਬਾਪ ਸਪੈਸ਼ਲ ਕੀ ਕਰਦਾ ਨਹੀਂ ਨਹੀਂ ਉਹ ਹੁਣ ਬੱਚੇ ਮਾਂ ਬਾਪ ਜਦੋਂ ਬਣਨਗੇ ਉਹ ਵੀ ਇਹ ਕਰਨਗੇ ਪਰ ਨਹੀਂ ਫਿਰ ਵੀ ਸਾਡੇ ਲਈ ਤਾਂ ਬਹੁਤ ਬਹੁਤ ਸਪੈਸ਼ਲ ਆ ਇਹ ਚੀਜ਼ ਤੁਹਾਡੇ ਲਈ ਕੋਈ ਪ੍ਰਾਊਡ ਵਾਲੀ ਗੱਲ ਹੋ ਸਕਦੀ ਆ ਪਰ ਇਹ ਤਾਂ ਇੱਕ ਨਾਰਮਲ ਉਹ ਆ ਇੱਕ ਨਹੀਂ ਟ੍ਰੈਡੀਸ਼ਨਲੀ ਚੱਲਿਆ ਨਹੀਂ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਆ ਕਿ ਸਾਡੇ ਪੇਰੈਂਟਸ ਨੇ ਸਾਨੂੰ ਇੰਨਾ ਪੜਾਇਆ ਕਰਾਇਆ ਇੱਥੇ ਤੱਕ ਪਹੁੰਚਾਇਆ ਮਤਲਬ ਇਹ ਇਹਦੇ ਪਿੱਛੇ ਪੇਰੈਂਟਸ ਹੀ ਨੇ ਮੰਨ ਲਓ ਮੈਂ ਛੇਤੀ ਮੰਨ ਲੈਣਾ ਵੈਰੀ ਗੁੱਡ ਇਹ ਸਹੀ ਹਾਲਤ ਹੈ ਛੇਤੀ ਮੰਨ ਲਈ ਆਈ ਹਾਂ ਲਾਇਆ ਪਾਰਕਿੰਗ ਪਾਰਕਿੰਗ ਲਾਤੀ ਪਹਿਲਾਂ ਸੀ ਬਾਰੇ ਸਸਤੀ ਲੱਭਣਗੇ ਜਿੱਦਰ ਮਿਲਣੀ ਤੇ 90 ਡਾਲਰ ਵਾਲੀ ਹੈ ਸਿਡਨੀ ਅੱਛੀ ਬਹੁਤ ਮਹਿੰਗਾ ਆ ਮੈਲਬੌਰਨ ਤੇ ਇੰਨੀ ਚੀਪ ਪਾਰਕਿੰਗ ਆ ਉਹ ਵੀ ਤਾਂ ਬੜੀ ਕਰਾਉਣ ਦੀ ਵੀ ਤਾਂ ਆਪਣੀ ਉੱਥੇ ਇੰਨੀ ਤਾਂ ਹੈ ਨਹੀਂਗੀ ਆਹੀ ਆਪਣਾ ਇੰਨੀ ਜ਼ਿਆਦਾ ਪਾਰਕਿੰਗ ਤੇ ਨਹੀਂ ਤੇ ਉਹਦੇ ਪਤਾ ਕਿੰਨੇ ਦੀ ਪਾਰਕਿੰਗ ਹੋਈ ਆ 90 ਦੀ ਇੱਕ ਦਿਨ ਦੀ ਓ ਮਾਈ ਗੋਡ ਇੱਕ ਰਾਤ ਦੀ ਉਹ ਓਏ ਕੱਪੜੇ ਦਾ ਚੇਂਜ ਕਰ ਲੈ ਅਮੀਰੋ ਗੱਲ ਤਾਂ ਸੁਣ ਲੋ ਉੱਥੇ ਪੂਲ ਤੇ ਰੋੜ ਕੇ ਦਿੰਦੇ ਨੇ ਸਮਾਨ ਵੀ ਆ ਲੋ ਅਮੀਰੋ ਤੁਸੀਂ ਮਹਿੰਗੇ ਹੋਟਲ ਲੈ ਲੈਂਦੇ ਹੋ ਮਹਿੰਗੀਆਂ ਚੀਜ਼ਾਂ ਨਹੀਂ ਕਰਦੇ ਅਮੀਰੋ ਦੁਬਾਰੇ ਪੂਲ ਵਾਲੇ ਕੱਪੜੇ ਪਾ ਲੋ ਫੀਲਿੰਗ ਪੂਰੀ ਦਵਾਉਂਦੇ ਨੇ ਅੰਦਰ ਸਾਰੇ ਪੂਰਾ ਇੰਤਜ਼ਾਮ ਅਮੀਰੋ ਸ਼ਾਵਰ ਕੈਪ ਟੁੱਥ ਬ੍ਰਸ਼ ਬਹੁਤ ਵਧੀਆ ਗੱਲ ਹੈ ਟੁੱਥ ਬ੍ਰਸ਼ ਸੈਨੇਟਾਈਜ਼ਰ ਤੱਕ ਹੈ ਸਭ ਕੁਝ ਹੈ ਸਾਰੇ ਕਿਟਸ ਨੇ ਇੱਥੇ ਤੱਕ ਕਿ ਸੇਲਨ ਸਲਾਈ ਵਾਲੀ ਵੀ ਆ ਉਹਨਾਂ ਨੇ ਦੋ ਹੀ ਬਾਥਰੂਮ ਦਿੱਤੇ ਹੋਏ ਸੀਗੇ ਤੇ ਦੋ ਹੋਰ ਐਕਸਟਰਾ ਸੀ ਮੰਗਵਾ ਲਏ ਆ ਲਓ ਅਮੀਰੋ ਸਮਾਨ ਆ ਗਿਆ ਸਲਿੱਪਰ ਵੀ ਮੰਗਾਏ ਨੇ ਆਪਣੇ ਕੋਲ ਹੈਗੇ ਤਾਂ ਹੈਗੇ ਸੀ ਕਿੱਥੇ ਸੀ ਆ ਦੇਖੋ ਤੁਹਾਡੇ ਵੀ ਹੈਗੇ ਨੇ ਸਲਿੱਪਰ ਹੁਣ ਵਧੀਆ ਵਾਲੇ ਪਾ ਕੇ ਜਾਵਾਂ ਅਮੀਰੋ ਸਾਰਾ ਕੁਝ ਆ ਤੇ ਪਰ ਨੀਚੇ ਆ ਦੇਸੀਆਂ ਦੀ ਬੁਕਰਮੈਂਟ ਬੁਕਰਮੈਂਟ ਕੀ ਆ ਬੁਕਰਮੈਂਟ ਤਾਂ ਐਂ ਕਰਾਂਗੇ ਵੀ ਅਸੀਂ ਤਾਂ ਪਾਉਂਦੇ ਰਹਿਣੇ ਅਸੀਂ ਤਾਂ ਮਸੀ ਪਾਉਂਦੇ ਆ ਅਸੀਂ ਦੋਨੋਂ ਹੀ ਪਹਿਲਾਂ ਪਹੁੰਚ ਗਏ ਸਾਡੇ ਸਾਥੀ ਪਤਾ ਨੀ ਕਿੱਥੇ ਨੇ ਅਮੀਰੋ ਆ ਗਏ ਤੁਸੀਂ ਅਮੀਰੋ ਕੁਛ ਨੀ ਹੁੰਦਾ ਸਮਤਾ ਜੀ ਇੰਜੋਏ ਕਰ ਰਹੇ ਨੇ ਸਨਸੈਟ ਸਮਤਾ ਜੀ ਇੰਜੋਏ ਕਰ ਰਹੇ ਹੋ ਉਹ ਦੇਖੋ ਜਹਾਜ਼ ਆ ਰਿਹਾ ਉਹ ਫੂਡ ਆ ਗਿਆ ਗਾਇਸ ਫੂਡ ਫੂਡ ਆ ਗਿਆ ਫੰਡ ਬਾਲੀ ਆ ਘੱਟ ਨੀ ਏ ਅੰਕਲ ਜੀ ਦੀ ਸਵਿਮਿੰਗ ਤੂੰ ਕਹਿਣੀ ਆਉਂਦੇ ਨਹੀਂ ਸਵਿਮਿੰਗ ਇੱਧਰ ਦੇਖ ਡੈਡੀ ਡੁੱਬ ਡੁੱਬ ਨਾ ਜਾ ਉਹ ਨਹੀਂ ਕਰਦਾ ਰਹੇ ਨੇ ਕਿੰਨੀ ਵਧੀਆ ਸਵਿਮਿੰਗ ਆਉਂਦੀ ਆ
ਜਿਹੜੀ ਜਿਹੜੀ ਚੀਜ਼ ਤੂੰ ਕਹੀ ਆ ਉਹਨੂੰ ਪਤਾ ਨਹੀਂ ਚੱਲਦਾ ਨਹੀਂ ਜਿਹੜੀ ਜਿਹੜੀ ਚੀਜ਼ਾਂ ਤੂੰ ਦੱਸੀਆਂ ਉਹ ਗਲਤ ਨੇ ਉਹਨੂੰ ਘੱਟ ਪਤਾ ਮੈਨੂੰ ਵੱਧ ਪਤਾ ਉਹੀ ਤਾਂ ਮੈਂ ਕਹਿ ਰਹੀ ਹਾਂ ਨਾਲ ਰਹਿ ਰਹੇ ਹੁਣ ਨਾਲ ਰਹਿ ਤੂੰ ਐਨੇ ਚੱਲ ਰਹੀ ਆ चौंकड़ियां मार के अमीरो बैठन नू आ किवें अज कुसी सुन असीं आए जी इंडियन रेस्टोरेंट डिनर करन इन्हां नू चार रख लो थैंक यू एक होर ए होना लो जी फूड आ गया फूड आ गया पूरे दा स्वाद लग गया